ये ब्लैक पट है, दो दांत पट है, ये शेरे कलर की पट है, दो दांत, तीन महीने की ग्याबन। ये पट देखो चार दांत है माशाल्लाह, फर्स्ट टाइम ग्याबन है। ये देखो फर्स्ट टाइम बच्चा दिया इसने, ये देख लो, जिसे क्वालिटी बोलते हैं टॉप क्वालिटी माशाल्लाह। बाकी तो सारा कुर्बानी का माल जो है, काफ़ी एक सात आठ पटिए लिए हैं माशाल्लाह, जिसको टॉप क्वालिटी की देखो, एक ही चार दांत छः दांत की पट है माशाल्लाह। अभी तो 50-60 तक खरीदे हैं, मगर अगर मुझे और भी 100-200 मिलता है, देखो ये बैग पूरा भरा पड़ा है लेकिन माल पूरा नहीं हुआ, तो इंशाल्लाह अगर मेरे को एक दो दिन में और भी बकरा मिलता है तो इंशाल्लाह मैं और खरीदूँ। इस समय अपने को किन्ने का नागा बीटल दे अवेलेबल है? ਸਾਡੇ ਕੋਲ ਉੱਥੇ ਬੋਰ ਹੈਗੇ ਆ ਜੀ, ਬੀਟਲ ਹੈਗੇ ਆ, ਬੱਕਰੇ ਹੈਗੇ ਆ, ਬੱਚੇ ਹੈਗੇ ਆ, ਸਾਰਾ ਕੁਝ ਹੈਗਾ ਤਕਰੀਬਨ ਜੀ। ਜੋ ਕਿਸੇ ਨੂੰ ਚਾਹੀਦਾ ਕੰਟੈਕਟ ਕਰ ਲੈ, ਜੇ ਮੇਰੇ ਉੱਥੇ ਨਹੀਂ ਕੋਈ ਚੀਜ਼ ਹੋਏਗੀ ਤਾਂ ਰਾਏ ਸਾਹਿਬ ਦਾ ਜਿਹੜਾ ਫਾਰਮ ਹੈ ਜੀ ਉਹਦੇ ਉੱਤੇ ਨਜ਼ੀਰ ਬਾਈ ਦੋਨੋਂ ਫਾਰਮ ਦੇਖ ਰਹੇ ਨੇ ਅਤੇ ਇੱਕੋ ਗੱਲ ਹੈ। ਠੀਕ ਹੈ, ਕਿਵੇਂ ਚੱਲ ਰਿਹਾ ਫਾਰਮ ਤੇ ਕਿੰਨੇ ਕਿੰਨਾ ਹੋਣਗੇ? ਹਾਂਜੀ, ਸਲਾਮ ਅਲੈਕੁਮ, ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਫਾਰਮ ਠੀਕ ਠਾਕ ਚੱਲ ਰਿਹਾ ਜੀ, ਵਧੀਆ ਜੀ। ਹੋਰ ਤੁਸੀਂ ਕੋਈ ਸਮੱਸਿਆ ਤਾਂ ਨਹੀਂ ਹੈਗੀ ਹੁਣ? ਕੋਈ ਕੋਈ ਨਹੀਂ ਹੈਗੀ ਸਮੱਸਿਆ, ਵਧੀਆ ਖਰੀਦਦਾਰੀ ਚੱਲ ਰਹੀ ਹੈ ਆਪਣੇ ਪਾਸ, ਪੱਠਾਂ ਦੀ, ਬੱਕਰੀਆਂ ਦੀ, ਸੂਏ ਹੋਏ ਨਾਗ ਮਿਲ ਜਾਂਦੀਆਂ? ਬੱਕਰੀਆਂ ਦੀਆਂ ਮਿਲਦੇ ਸਾਰੇ ਮਿਲਦੇ ਆ, ਗੱਬਣਾ ਵੀ, ਸੂਈਆਂ ਵੀ, ਊਂ ਵੀ, ਪੱਠਾ ਮਿਲਦੀਆਂ। ਤੇ ਆਪਣੀ ਉੱਥੋਂ ਦੀ ਪ੍ਰੋਪਰ ਲੋਕੇਸ਼ਨ ਕੀ ਹੈਗੀ ਜੇ ਕਿਸੇ ਨੇ ਪਹੁੰਚਣਾ ਹੁੰਦਾ ਨਾ? ਉੱਥੇ ਇਹੀ ਆ ਆਪਣੇ ਸਵਾਜਪੁਰਾ ਰੋਡ, ਕੁਸਬਾ ਗੇਟ, ਬਸ ਰਾਏਕੋਟ ਸ਼ਹਿਰ ਦਾ ਸਾਡਾ ਰਾਏਕੋਟ ਸ਼ਹਿਰ ਸਵਾਜਪੁਰਾ ਰੋਡ ਪੁੱਛ ਲਓ ਯਾਰ, ਜਿਹਨੂੰ ਮਰਜ਼ੀ ਹੈ ਨਾ। ਹਾਂਜੀ ਹਾਂਜੀ। ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਗੋਟ ਫਾਰਮਿੰਗ। ਖਾਸ ਕਰਕੇ ਪੰਜਾਬ ਦੇ ਵਿੱਚ ਜੋ ਬੱਕਰੀਆਂ ਦੀਆਂ ਮੰਡੀਆਂ ਲੱਗਦੀਆਂ ਹਨ, ਆਪਾਂ ਉਹਨਾਂ ਦੀ ਅਪਡੇਟ ਤੁਹਾਨੂੰ ਹਰ ਸਮੇਂ ਦਿੰਦੇ ਰਹਿੰਦੇ ਹਾਂ। ਇਸ ਸਮੇਂ ਤੁੰਗਾ ਵਾਲੀ ਖੜਿਆਂਗੇ ਆਪਾਂ, ਅਤੇ ਆਪਣੇ ਪਾਸ ਨਜ਼ੀਰ ਬਾਈ ਜੀ, ਕੁਰੈਸੀ ਜੀ, ਆਪਣੇ ਪਾਸ ਆਪਣੇ ਪਾਸ ਪੂਨੇ ਤੋਂ ਪਹੁੰਚੇ ਨੇਗੇ, ਚਲੇ ਗਏ ਸੀ ਇੱਥੋਂ 15 ਕੁ ਦਿਨ ਪੂਨੇ ਲਾ ਕੇ, ਆਪਣੇ ਪਾਸ ਫਿਰ ਪਹੁੰਚੇ ਨੇਗੇ। ਪੁੱਛਦੇ ਹਾਂ ਵੀ ਐਡੀ ਕਿਹੜੀ ਆਫਤ ਆ ਗਈ ਸੀ ਵੀ ਦੁਬਾਰਾ ਇੱਥੇ ਆਉਣਾ ਪੈ ਗਿਆ, ਰਾਤੋਂ ਰਾਤ ਫਲਾਈਟ ਕਰਾ ਕੇ ਆਪਣੇ ਪਾਸ ਇੱਥੇ ਪਹੁੰਚੇ ਆ। ਦੇਖੋ ਇੰਨੇ ਸਾਰੇ ਬੱਕਰੇ ਆ ਜਿਹੜੇ ਇਹਨਾਂ ਨੇ ਖਰੀਦੇ, ਅਤੇ ਹੋਰ ਵੀ ਕਹਿੰਦੇ ਕਾਫੀ ਸਾਰੀ ਖਰੀਦਦਾਰੀ ਰਹਿਣ ਵਾਲੀ ਸੀ ਅੱਜ, ਜ਼ਿਆਦਾ ਅੱਜ ਬੱਕਰੇ ਜਿਹੜੇ ਉਹ ਕਲਰਫੁੱਲ ਖਰੀਦੇ ਨੇ। ਨਜ਼ੀਰ ਬਾਈ ਜੀ ਸਵਾਗਤ ਹੈ। ਅੱਛਾ, ਅਸਲਾਮ ਅਲੈਕੁਮ ਵਰਹਿਮਤੁਲਾਹ ਬਰਕਾਤੁ, ਆਦਾਬ, ਸਤਿ ਸ਼੍ਰੀ ਅਕਾਲ, ਨਮਸਤੇ ਜੀ। ਸਭ ਤੋਂ ਪਹਿਲੇ ਕਹੂੰਗਾ, ਦੇਖੋ ਆਫਤ ਕੇ ਤਾਂ ਕੋਈ ਬਾਤ ਨਹੀਂ ਜੀ, ਸੀਜ਼ਨ ਕਾ ਟਾਈਮ ਹੈ ਜੀ, ਕਾਫੀ ਵਹਾਂ ਵੀ ਮੇਰੇ ਪਾਸ ਮੰਗ ਹੈ ਮਾਲ ਕੀ, ਕਿ ਬਾਈ ਜੋ ਮਾਲ ਮੰਗਾ ਜਾ ਰਹਾ ਹੈ ਜੀ, ਕਾਫੀ ਵਹਾਂ ਵੀ ਮੰਗ ਹੈ, ਔਰ ਜੋ ਪਿਛਲਾ ਮਾਲ ਤਾਂ ਮਾਸ਼ਾਅੱਲਾ ਉਹ ਸਾਰਾ ਵਿਕ ਚੁੱਕਾ ਮੇਰੇ ਪਾਸ ਜੀ, ਸਭ ਕੋ ਪਤਾ ਹੀ ਹੈ। ਫਿਰ ਡਾਕਟਰ ਸਾਹਿਬ ਵੀ ਬੋਲੇ, ਫਿਰ ਮੈਂ ਵੀ ਸੋਚਾ ਮੈਂ ਚਲੋ ਇੱਕ 100-200 ਨਗ ਜੋ ਆ ਜਾਏ, ਤਾਂ ਅਭੀ ਕਾਫੀ 15 ਦਿਨ ਈਦ ਮੈਂ ਪੜੇ ਹੈ, ਇਨਸ਼ਾਅੱਲਾ 3-4 ਦਿਨ ਗਏ, 10 ਦਿਨ ਮੈਂ ਮਾਲ ਵਿਕ ਹੀ ਜਾਤਾ ਹੈ ਜੀ, ਤਾਂ ਉਹ ਹਿਸਾਬ ਸੇ ਆਏ ਔਰ ਕਾਫੀ ਮਾਸ਼ਾਅੱਲਾ 45-50 ਨਗ, 40-45 ਨਗ ਖਰੀਦੇ ਵੀ ਹੈ, ਕੁਛ ਪੀਛੇ ਵੀ ਨਗ ਖਰੀਦੇ ਹੋਏ ਮੇਰੇ, ਤਾਂ ਮਾਸ਼ਾਅੱਲਾ ਇੱਕ ਗਾੜੀ ਬਣ ਜਾਏਗੀ ਮਾਲ ਕੀ, तो इंशाल्लाह कल परसों लोड हो जाएगी। ठीक है, और बाकी सबको तो पता ही है 12 महीने का काम है मेरा, कोई बकरा ईद का तो काम है नहीं, तो माशाल्लाह बकरा 12 महीने अपना सबको पता ही है, रायकोट फार्म जो रायकोट के अंदर है जी, उस पर हर तरह की बकरी माशाल्लाह बहुत अच्छी अच्छी क्वालिटी की पट ली आज, दो दांत, चार दांत, बहुत अच्छी अच्छी क्वालिटी की जो मैं दिखा सकता हूँ माशाल्लाह, बकरी भी ली है और पटे भी ली हैं, तो माशाल्लाह किसी को चाहिए तो वहाँ कॉन्टेक्ट करें। जिसमें फिर दूसरा फार्म जो भाई मूसा का है जी गुरदासपुर में, वो उनका नंबर बता ही देंगे माशाल्लाह, वहाँ एक से एक टॉप की बोर बकरी, बीटल बच्चे, बकरी, बकरा, जो भी किसी को चाहिए जमुनापारी भेड़, वो उनसे कांटेक्ट कर सकते हैं। ठीक है, हिमाचल वाले, पठानकोट वाले, जम्मू वाले, जो भी बाहर के लोग हैं तो उनसे कांटेक्ट कर सकते हैं। राय साहब का भी नंबर चल रहा है स्क्रीन पर, मेरा भी नंबर चल रहा है स्क्रीन पर, तो माशाल्लाह जिस टाइम भी माल चाहिए हर टाइम माल अवेलेबल है। अभी आपको चीज़ दिखा देता हूँ माशाल्लाह, आप आइए, जो क्वालिटी में माल है, ये ब्लैक पट है, दो दांत पट है, ये शेरे कलर की पट है, दो दांत, तीन महीने की ग्याबन। ये पट देखो चार दांत है माशाल्लाह, फर्स्ट टाइम ग्याबन है, ये देखो फर्स्ट टाइम बच्चा दिया इसने, ये देख लो, जिसे क्वालिटी बोलते हैं टॉप क्वालिटी माशाल्लाह। बाकी तो सारा कुर्बानी का माल जो है, काफ़ी एक सात आठ पटिए लिए हैं माशाल्लाह, जिसको टॉप क्वालिटी की देखो, एक ही चार दांत छः दांत की पट है माशाल्लाह, ये नागरी एक छः दांत की पट है, बहुत अच्छी अच्छी पटिए लिए है और माशाल्लाह, तो इंशाल्लाह आगे भी जिस किसी भाई को माल चाहिए तो राय साहब का भी नंबर चल रहा, मूसा भाई का भी नंबर चल रहा, मेरा भी नंबर चाहिए जी, तो माशाल्लाह जिस भाई को उधर नज़दीक पड़ता है बच्चा बकरी जो भी चाहिए, सब भाइयों से विनती है कि मूसा भाई से भी कांटेक्ट करें, राय साहब से भी कांटेक्ट जी। काफी भाई ये दसो भी आपां पहला भी 500 दे करीब बकरा खरीद चुके हैं, आज फिर आ दो तीन दिनों दे विच कितना खरीदया? अभी तो 50-60 तक खरीदे हैं, मगर अगर मुझे और भी 100-200 मिलता है, देखो ये बैग पूरा भरा पड़ा है लेकिन माल पूरा नहीं हुआ, तो इंशाल्लाह अगर मेरे को एक दो दिन में और भी बकरा मिलता है तो इंशाल्लाह मैं और खरीदूँ जी। हाँ, लेकिन कैसा हिसाब के रेट में,
ऐसा नहीं, क्योंकि हम माल बहुत हिसाब रिजनेबल रेटों माल बेचते हैं और माशाल्लाह साफ सुथरा अच्छा माल बेचते हैं जी। तो मूसा भाई जी अपने कोल ने, इन्हां दे नाल भी गलबात करदे। मूसा भाई जी आओगे इत्थे? जी 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 बिल्कुल। इन्हां दा गौड फार्म है जिहड़ा कादियां दे नेड़े आ, बिल्कुल पिंड पै जांदा। किहड़ा पिंड पै जांदा सर? नंगल बागवाना। हां जी, नंगल नंगल बागवाना पिंड पै जांदा गा। उत्थे तुसीं विजिट भी कर सकदे होंगे। ते इस समय अपने कोल किन्ने क नागा बीटल दे अवेलेबल है? ਸਾਡੇ ਕੋਲ ਉੱਥੇ ਬੋਰ ਹੈਗੇ ਆ ਜੀ, ਬੀਟਲ ਹੈਗੇ ਆ, ਬੱਕਰੇ ਹੈਗੇ ਆ, ਬੱਚੇ ਹੈਗੇ ਆ, ਸਾਰਾ ਕੁਝ ਹੈਗਾ ਤਕਰੀਬਨ ਜੀ। ਜੋ ਕਿਸੇ ਨੂੰ ਚਾਹੀਦਾ ਕੰਟੈਕਟ ਕਰ ਲੈ। ਜੇ ਮੇਰੇ ਉੱਥੇ ਨਹੀਂ ਕੋਈ ਚੀਜ਼ ਹੋਏਗੀ ਤਾਂ ਰਾਏ ਸਾਹਿਬ ਦਾ ਜਿਹੜਾ ਫਾਰਮ ਹੈ ਜੀ, ਉਹਦੇ ਉੱਤੇ ਨਜ਼ੀਰ ਬਾਈ ਦੋਨੋਂ ਫਾਰਮ ਦੇਖ ਰਹੇ ਨੇ, ਅਤੇ ਇੱਕੋ ਗੱਲ ਹੈ। ਠੀਕ ਹੈ, ਮੇਰੇ ਸਭ ਕੁਝ ਜਾਵੇਗਾ। ਹਾਂ, ਮੇਰੇ ਸਾਰਾ ਕੁਝ ਜਾਏਗਾ। ਖਾਲੀ ਨਹੀਂ ਜਾਊਂਗੇ? ਖਾਲੀ ਨਹੀਂ ਜਾਣ ਦਿੰਦੇ। ਸਹੀ ਬਾਤ ਹੈ। ਅਤੇ ਉਹਦੇ ਵਿੱਚ ਜਮੁਨਾਪਾਰੀ ਭੇਡ ਹੈ, ਉਹਦੇ ਵਿੱਚ ਬੱਕਰੇ ਹੈਗੇ ਨੇ, ਬਰੀਡਰ ਹੈਗੇ ਨੇ, ਮਤਲਬ ਜੋ ਕਿਸੇ ਨੂੰ ਚਾਹੀਦਾ ਉਹ ਮਿਲ ਸਕਦਾ, ਹਰੇਕ ਚੀਜ਼ ਅਵੇਲੇਬਲ, ਹਰੇਕ ਚੀਜ਼। ਦੇਖੋ ਦੋਸਤੋ, ਧੰਨਵਾਦ ਕਰਦੇ ਹਾਂ ਬਾਈ ਦਾ। ਰਾਏ ਸਾਹਿਬ ਨੂੰ ਤੁਸੀਂ ਜਾਣ ਦਿਓਗੇ, ਰਾਏ ਸਾਹਿਬ ਵੀ ਕੁਛ ਕਹਿਣਗੇ ਆਪਾਂ ਨੂੰ, ਦੋ ਚਾਰ ਗੱਲਾਂ। ਕਿਵੇਂ ਚੱਲ ਰਿਹਾ ਫਾਰਮ ਅਤੇ ਕਿੰਨੇ ਕਿੰਨਾ ਹੋਣਗੇ? ਹਾਂਜੀ, ਸਲਾਮ ਅਲੈਕੁਮ ਪਹਿਲਾਂ, ਸਤਿ ਸ਼੍ਰੀ ਅਕਾਲ ਜੀ। ਫਾਰਮ ਠੀਕ ਠਾਕ ਚੱਲ ਰਿਹਾ ਜੀ, ਵਧੀਆ ਜੀ। ਆਪਣੀ ਉੱਥੋਂ ਦੀ ਪ੍ਰੋਪਰ ਲੋਕੇਸ਼ਨ ਕੀ ਹੈਗੀ ਜੇ ਕਿਸੇ ਨੇ ਪਹੁੰਚਣਾ ਹੁੰਦਾ ਨਾ? ਉੱਥੇ ਆਈ ਆ ਆਪਣੇ ਸਵਾਜਪੁਰਾ ਰੋਡ, ਕੁਸਬਾ ਗੇਟ, ਬਸ ਰਾਏਕੋਟ ਸ਼ਹਿਰ ਦਾ ਸਰ। ਰਾਏਕੋਟ ਸ਼ਹਿਰ ਸਵਾਜਪੁਰਾ ਰੋਡ ਪੁੱਛ ਲਓ ਯਾਰ, ਜਿਹਨੂੰ ਮਰਜ਼ੀ ਹੈ ਨਾ। ਹਾਂਜੀ ਹਾਂਜੀ। ਅਤੇ ਉੱਥੇ ਪਹੁੰਚ ਸਕਦੇ ਹੋਗੇ, ਰਾਏ ਸਾਹਿਬ ਦੇ ਨਾਲ ਵੀ ਗੱਲਬਾਤ ਕਰ ਸਕਦੇ ਹੋਗੇ ਆਪਣੇ। ਤੁਹਾਡਾ ਨੰਬਰ ਕੀ ਹੈ ਜੀ? ਮੇਰਾ 9915574591 ਜੀ। ਅਤੇ ਰਾਏ ਸਾਹਿਬ ਤੁਹਾਡਾ? 8425796602। ਕਿਆ ਬਾਤ ਹੈ, ਇਹ ਨੰਬਰਾਂ 'ਤੇ ਸੰਪਰਕ ਬਣਾ ਸਕਦੇ ਹੋ। ਆਹ ਬਹੁਤ ਸਾਰੇ ਨਾਗ ਆ ਜਿਹੜੇ ਅੱਜ ਖਰੀਦਦਾਰੀ ਇੱਥੋਂ ਹੋ ਕੇ ਆਪਣਾ ਦੋਵਾਂ ਫਾਰਮਾਂ ਦੇ ਵਿੱਚ ਜਾਣਗੇ, ਅਤੇ ਤੁਸੀਂ ਦੇਖ ਲਓ ਵੀ ਕਿਸ ਤਰ੍ਹਾਂ ਦੀ ਖਰੀਦਦਾਰੀ ਅੱਜ ਇਹਨਾਂ ਦੋਵਾਂ ਫਾਰਮਰਾਂ ਦੀ ਚੱਲ ਰਹੀ ਹੈਗੀ। ਪੱਠਾਂ ਦੇ ਵਿੱਚ ਬੱਕਰੇ ਵੀ ਨੇ, ਜ਼ਿਆਦਾਤਰ ਕੁਰਬਾਨੀ ਦਾ ਮਾਲ ਆ ਜਿਹੜਾ ਉਹ ਨਜ਼ੀਰ ਬਾਈ ਜੀ ਨੇ ਉੱਧਰੋਂ ਖਰੀਦਿਆ ਗਾ। ਖੀਰ ਦੇ ਵਿੱਚ ਆਪਾਂ ਤੁਹਾਡਾ ਧੰਨਵਾਦ ਕਰ ਦਿਆਂਗੇ, ਬਹੁਤ ਸਾਰਾ ਪਿਆਰ ਦਿੰਦੇ ਹੋ ਦੋਸਤੋ, ਇਹਦੇ ਲਈ ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ। ਅਤੇ ਨਜ਼ੀਰ ਬਾਈ ਜੀ ਹੁਣ ਕਿੰਨੇ ਦਿਨ ਆਗੇ ਆਪਾਂ ਇੱਥੇ? ਬਾਈ ਇਨਸ਼ਾਅੱਲਾ ਇਹ ਦੋ ਦਿਨ ਮੈਂ ਨਿਕਲ ਜਾਊਂਗਾ ਮੈਂ ਜੀ, ਦੋ ਦਿਨ ਕੇ ਬਾਅਦ ਦੇਖਤੇ ਇਨਸ਼ਾਅੱਲਾ ਕਿਤਨਾ ਮਾਲ ਹੋਤਾ, ਕੱਲ ਮੈਂ ਯਹਾਂ ਪੇ। ਠੀਕ ਹੈ, ਤੋ ਇਨਸ਼ਾਅੱਲਾ ਦੋ ਦਿਨ ਕੇ ਬਾਅਦ, ਉਸਕੇ ਬਾਅਦ ਫਿਰ ਕਦੋਂ ਆਉਣਾ ਪੰਜਾਬ? ਅਬ ਤੋ ਇਨਸ਼ਾਅੱਲਾ ਈਦ ਬਾਅਦ ਹੀ ਆਊਂਗਾ। ਈਦ ਬਾਅਦ ਆਏਗਾ, ਬਾਕੀ ਮਾਲ ਤੁਮੇ ਹਰ ਟਾਈਮ ਹੈ ਯਹਾਂ ਪੇ, ਜਿਸ ਕਿਸੇ ਕੋ ਚਾਹੀਏ ਜੋ ਮਾਲ ਚਾਹੀਏ ਇਨਸ਼ਾਅੱਲਾ ਮਿਲੇਗਾ, ਹਰ ਟਾਈਮ ਅਵੇਲੇਬਲ ਰਹੇਗਾ ਮਾਲ ਇਨਸ਼ਾਅੱਲਾ। ਕੀ ਬਾਤ ਹੈ, ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਨਜ਼ੀਰ ਬਾਈ। ਓਕੇ ਓਕੇ, ਸ਼ੁਕਰੀਆ। ਲੈ ਬਈ ਨਜ਼ੀਰ ਬਾਈ ਜੀ ਦੇ ਨਾਲ ਆਪਾਂ ਗੱਲਬਾਤ ਕੀਤੀ, ਕਿੱਦਾਂ ਲੱਗੀ ਗੱਲਬਾਤ? ਤੁਹਾਨੂੰ ਬਹੁਤ ਸਾਰੀ ਖਰੀਦਦਾਰੀ ਇਹਨਾਂ ਨੇ ਕੀਤੀ, ਧੰਨਵਾਦ ਕਰਦੇ ਹਾਂ ਇਹਨਾਂ ਦਾ ਵੀ, ਅਤੇ ਤੁਹਾਡਾ ਵੀ ਵੀਡੀਓ ਵਾਚ ਕਰਨ ਦੇ ਲਈ।